ਨੇ ਖੜ ਕੇ ਸੀ ਤੇ ਹੁਣ ਤੁਰਾਂਗੇ ਥੋੜੀ ਦੇਰ ਤੱਕ। ਮੁੰਡਾ ਲੱਗਿਆ ਹੋਇਆ ਕੰਮ ਕਰਨ। ਹਾਂ ਬਹੁਤ ਵਧੀਆ ਹੋ ਗਿਆ, ਇਹਨੂੰ ਵੀ ਚਮਕਾ ਦੇ। ਰਾਤ ਅੱਧਾ ਘੰਟਾ ਚਲਾ ਕੇ ਸੌਂ ਗਿਆ ਪਤੰਦਰ ਅੱਗੇ ਆ ਕੇ, ਕਹਿੰਦਾ ਧੁੰਦ ਬਹੁਤ ਪੈਂਦੀ ਆ, ਹੁਣ ਸਾਰਾ ਦਿਨ ਆਈ ਕੁਛ ਕਰਾਉਣਾ ਇਹ ਤੋਂ। ਚੱਲ ਵਧੀਆ ਕਰ ਲੈ ਫਿਰ ਕੰਮ, ਸਫਾਈ ਤਾਂ ਕਰਨੀ ਚਾਹੀਦੀ ਆ, ਸਫਾਈ ਤਾਂ ਪੂਰੀ ਕਰਨੀ ਚਾਹੀਦੀ ਆ ਨਾ। ਬਸ ਠੀਕ ਆ, ਹੋਟਲ ਆਈ ਇੱਥੇ ਪੀਵਾਂਗੇ ਚਾਹ ਚੂ, ਉਸ ਤੋਂ ਬਾਅਦ ਚੱਲਦੇ ਹਾਂ ਰੋਟੀ ਕਿਤੇ ਅੱਗੇ ਖਾ ਲਾਂਗੇ, ਹਜੇ ਟਾਈਮ ਨਹੀਂ ਹੋਇਆ। ਘਰੋਂ ਪਿੰਨੀਆਂ ਪੁੰਨੀਆਂ ਲੈ ਕੇ ਆਈ ਖੋਏ ਦੀਆਂ, ਹੁਣ ਚਾਹ ਨਾ ਖਾਂਦੇ ਹਾਂ ਫਿਰ ਅੱਗੇ ਚੱਲਦੇ ਹਾਂ ਕਿਤੇ। ਬੋਤਲ ਪਈ ਆ ਮੂਹਰੇ, ਲਾਈਟਾਂ ਸਾਰੀਆਂ ਚੱਲਦੀਆਂ ਨੇ, ਇੱਕ ਦੋ ਕੁ ਬੱਲਬ ਫਿਊਜ ਨੇ ਸ਼ਾਇਦ ਪਰਲੇ ਪਾਸੇ। ਹਾਂ ਇੱਕ ਬੱਲਬ ਫਿਊਜ ਆ ਮੂਹਰੇ, ਦੇਖਦਾ ਜੇ ਮਿਲ ਗਿਆ ਪਾਏ ਦਿੰਦੇ ਹਾਂ। ਸ਼ਾਮ ਨੂੰ ਹੁਣ ਰਾਤ ਨੂੰ ਕੋਈ ਹੋਣਾ ਨੀ, 1500 ਰੁਪਇਆ ਬਾਜੂਗਾ ਨੀ ਦੇਣੇ, 1500 ਕਿਤੇ ਨਾ ਕਿਤੇ ਲੱਗ ਜਾਣਾ ਸੀ, ਚਾਹੇ ਭਿਆਣੀ ਲੱਗ ਜਾਂਦਾ ਚਾਹੇ ਦਾਦਰੀ ਚਾਹੇ ਮਹਿੰਦਰਗੜ੍ਹ, ਪਰ ਠੀਕ ਆ ਹੁਣ ਰਾਤ ਨੂੰ ਸਾਰਾ ਸਫ਼ਰ ਹੋ ਜੂਗਾ। ਚੱਲਦੇ ਹਾਂ ਕੱਲ੍ਹ ਤੋਂ ਫਿਰ ਦੇਣੇ, ਜਿੱਥੇ ਖਾਲੀ ਖੁੱਲੀ ਹੋਊਗੀ ਉੱਥੇ ਵੀਡੀਓ ਬਣਾਉਣਾ ਬਲੌਗ ਬਣਾਵਾਂਗੇ, ਅਤੇ ਬਾਕੀ ਰਾਤ ਦਾ ਹੀ ਰਹਿ ਗਿਆ ਹੁਣ ਅੱਜ ਦਾ। ਮੁੰਡਾ ਕਰਨ ਲੱਗਿਆ ਬਾਬਿਆਂ ਦੀ ਭਰਤੀ, ਸਫ਼ਰ ਹੋ ਗਿਆ ਜੀ ਸ਼ੁਰੂ। ਇੱਧਰੋਂ ਭਿਵਾਣੀ ਤੋਂ ਨਾਰਨੋਲ ਵਾਲਾ ਰੋਡ ਹੈ ਜੀ ਇਹ। ਹਾਂਜੀ ਇਹ ਆਪਣੇ ਹੁਣ ਮਾਸੜ ਜੀ ਚਲਾ ਰਹੇ ਹੈ, ਗੱਡੀ ਫੈਂਟੋ ਫੈਂਟ ਹੈ ਜੀ ਪੂਰੀ, 70-80 ਕਰਦੀ ਜਾਂਦੀ ਹੈ ਜੀ, ਕੱਚੇ ਮਾਲ ਵਰਗੀ ਬਣਾਈ ਹੋਈ ਹੈ ਗੱਡੀ। ਅਤੇ ਬਾਬਾ ਦੀਪ ਸਿੰਘ ਜੀ ਲੱਗੇ ਹੋਏ ਆ ਆਪਣੇ, ਕਿਰਪਾ ਰੱਖਣ ਮਾਲਕ ਆਪਣੇ ਦੇ ਦਾਦੇ ਬਾਬਿਆਂ ਦੀ ਫੋਟੋ ਕਰ ਰਹੀ ਹੈ, ਧੂਫ ਬੱਤੀ ਲਾਈ ਸੀ ਉਹਨੇ, ਵੱਧ ਗਈ ਸੀ ਧੂਫ ਬੱਤੀ। ਚੱਕਰ ਉਹਦਾ ਭਾਲ, ਫਿਰ ਉਸ ਤੋਂ ਬਾਅਦ ਕਬੱਡੀ ਨਾਲ ਫਿਰ ਤਾਂ ਕੁਛ ਛੱਡਿਆ ਹੀ ਨਹੀਂ,
ਮਹਿੰਦਰਗੜ੍ਹ ਤੱਕ ਰੋਡ ਇੱਦਾਂ ਹੀ ਹੈ ਜੀ, ਕਿਤੇ ਕੱਢੇ ਆ ਕਿਤੇ ਕੁਛ ਆ। ਉਹਦੇ ਫਾਸਟੈਗ ਨਹੀਂ ਜੀ ਚੱਲਦਾ, ਕੈਸ਼ ਕਟਾਓ ਕਹਿੰਦੇ। ਬਾਕੀ ਆਹ ਲਓ ਜੀ ਆਪਣਾ ਸਫ਼ਰ ਹੋ ਚੱਲਿਆ ਖਤਮ। ਦੇਖੀ ਲੱਗੇ ਤਾਂ ਨਹੀਂ ਹੋਏ ਕਿਤੇ ਉਹ, ਫਿਰ ਇਹਨਾਂ ਦਾ ਆਪਦਾ ਬਣਾਇਆ ਹੋਇਆ। ਨੈਚਰ ਦਾ ਨਹੀਂ ਹੈਗਾ, ਕਿਹੜਾ ਹੁੰਦਾ ਨੈਸ਼ਨਲ ਹਾਈਵੇ, ਉਹ ਨਹੀਂ ਹੈਗਾ ਇਹ। ਜੈਪੁਰ ਤੋਂ ਆਗਰਾ ਰੋਡ ਚੱਲੇ ਆਪਾਂ, ਹੁਣ ਜੈਪੁਰ ਪਾਰ ਹੋ ਗਿਆ। ਇੱਧਰੋਂ ਕੋਈ ਜ਼ਿਆਦਾ ਸ਼ਹਿਰ ਨਹੀਂ ਪੈਂਦਾ, ਦਿੱਲੀ ਰੋਡ ਤੋਂ ਅੱਗੇ ਟਾਈਮ ਹੋ ਗਿਆ ਜੀ 4 ਦਾ, 4 ਵੱਜ ਕੇ ਸਵੇਰ ਦੇ, ਸਾਰੀ ਰਾਤ ਲੰਘ ਗਈ ਆ ਕੱਲ੍ਹ 'ਚ। ਅਤੇ ਸਪੀਡ ਆਪਦੀ ਕੰਟਰੋਲ 'ਚ ਰੱਖਣੀ ਚਾਹੀਦੀ ਹੈ ਗੱਡੀ ਦੀ। ਉੱਧਰੋਂ ਚੜ੍ਹਾਈ ਪੈਂਦੀ ਆਉਂਦੇ ਨੂੰ, ਇੱਧਰੋਂ ਡਾਊਨ ਪੈਂਦਾ। ਬਹੁਤ ਵਧੀਆ ਬਣਾਈ ਹੋਈ ਆ ਇੱਕ ਬੰਬੇ ਪੂਨਾ ਹਾਈਵੇ ਰੋਡ ਦੇ ਉੱਤੇ, ਸਭ ਤੋਂ ਪਹਿਲਾਂ ਉਹ ਬਣੀਆਂ ਸੀ ਆਪਣੇ ਐਕਸਪ੍ਰੈਸ ਰੋਡ ਹੋਈ ਆ, ਉਹ ਹੁੰਦਾ ਸੀ ਸਭ ਤੋਂ ਪਹਿਲਾਂ ਬੰਬੇ ਪੂਨਾ ਹਾਈਵੇ। ਉਹਦੇ ਉੱਤੇ ਬਹੁਤ ਬੜੀਆਂ ਬੜੀਆਂ ਟਰਨ ਵਾਲੇ ਨੇ, ਕਾਫੀ ਲੰਬੀਆਂ ਨੇ, ਇਹ ਵੀ ਲੰਬੀ ਆ। ਵਿੱਚੋਂ ਰਸਤੇ ਦਿੱਤੇ ਹੁੰਦੇ ਨੇ ਕਿ ਜੇ ਕੋਈ ਐਕਸੀਡੈਂਟ ਵਗੈਰਾ ਹੋ ਜਾਵੇ ਤਾਂ ਟ੍ਰੈਫਿਕ ਇੱਧਰ ਨੂੰ ਕੱਢ ਦੇਣਗੇ, ਦੂਜੇ ਪਾਸੇ ਉੱਧਰੋਂ ਆਉਂਦੇ ਜਿਹੜੀ ਬਣੀ ਹੋਊਗੀ ਉਹਦੇ ਵਿੱਚ ਪਾ ਦਿੰਦੇ ਨੇ। ਅੱਗੇ ਜਾ ਕੇ ਹੁਣ ਕਿਸੇ ਢਾਬੇ 'ਤੇ ਖੜ੍ਹਦੇ ਹਾਂ, ਨਾਲੇ ਰੋਟੀ ਖਾਂਦੇ ਹਾਂ, ਰੋਟੀ ਖਾ ਕੇ ਪੈ ਜਾਵਾਂਗੇ 8-9 ਵਜੇ ਉੱਠ ਕੇ, ਫਿਰ ਦੁਕਾਨ 'ਤੇ ਚੱਲ ਚੱਲਾਂਗੇ, ਫਿਰ ਗੱਡੀ ਖਾਲੀ ਹੋ ਜੂਗੀ 12-1 ਵਜੇ ਤੱਕ ਜਿਵੇਂ ਵੀ ਹੋਊਗਾ।
ਕਾਹਨੂੰ ਦੇਣੇ ਬਣਾਵਾਂਗੇ ਬਾਕੀ ਤੁਹਾਨੂੰ ਦਿਖਾਵਾਂਗੇ ਖਾਲੀ ਹੁੰਦੀ ਗੱਡੀ ਤੇ ਬਸੀ ਸ਼ਹਿਰ ਛੋਟਾ ਜਿਹਾ ਸ਼ਹਿਰ ਆ ਵੈਸੇ ਤਾਂ ਖੰਨੇ ਕੁ ਜਿੰਨਾ ਹੀ ਆ ਖੰਨੇ ਨਾਲ ਵੀ ਛੋਟਾ ਹੀ ਹੋਣਾ ਤਾਂ ਚਲੋ ਜੀ ਅੱਗੇ ਮਿਲਦੇ ਆ ਫਿਰ ਆਪਾਂ ਢਾਬੇ 'ਤੇ ਦਿਖਾਉਂਦੇ ਤੁਹਾਨੂੰ ਦਿਖਾਉਂਦੇ ਰੋਟੀ ਸਵੇਰੇ ਸਵੇਰੇ ਲੋਕ 4 ਵਜੇ ਉੱਠ ਕੇ ਗੁਰਦੁਆਰੇ ਜਾਂਦੇ ਨੇ ਨਹਾਉਂਦੇ ਧੋਂਦੇ ਨੇ ਜਾਂ ਜਿਵੇਂ ਵੀ ਉੱਥੇ ਸਾਡਾ ਸਾਰਾ ਸਿਸਟਮ ਹੀ ਉਲਟ ਹੁੰਦਾ ਜਿੱਥੋਂ ਸ਼ਾਮ ਹੁੰਦੀ ਆ ਉੱਥੋਂ ਲੱਗਦਾ ਵੀ ਜਿਵੇਂ ਸਵੇਰ ਹੋ ਗਈ ਹੋਵੇ ਜਿੱਥੋਂ ਸਵੇਰ ਹੁੰਦੀ ਆ ਉੱਥੋਂ ਲੱਗਦਾ ਸ਼ਾਮ ਹੋ ਗਈ ਹੁਣ ਰੋਟੀ ਖਾ ਕੇ ਅਸੀਂ ਸੌਣਾ ਹਾਲੇ ਸਾਰੀ ਰਾਤ ਦੇ ਉਵੇਂ ਹੀ ਚੱਲਦੇ ਹਾਂ ਅਤੇ ਕੋਈ ਰੋਟੀ ਨਹੀਂ ਕੁਛ ਨਹੀਂ ਖਾਧਾ ਸੀ ਬਸ ਸਿਰਫ ਇੱਕ ਨਮਕੀਨ ਦਾ ਪੈਕਟ ਲਿਆ ਸੀ ਉਹ ਵੀ ਛੋਟਾ ਜਿਹਾ 10 ਰੁਪਏ ਵਾਲਾ ਦੋ ਬੰਦਿਆਂ ਨੇ ਥੋੜ੍ਹਾ ਥੋੜ੍ਹਾ ਖਾਧਾ ਅਤੇ ਅੱਗੇ ਹੁਣ ਰੋਟੀ ਖਾ ਕੇ ਆਰਾਮ ਨਾਲ ਪਾਵਾਂਗੇ ਜੇ ਮਿਲ ਗਈ ਜੇ ਨਾ ਮਿਲੀ ਤਾਂ ਫਿਰ ਅਸੀਂ ਪੈ ਸੌ ਜਾਵਾਂਗੇ ਠੀਕ ਹੈ ਜੀ ਮੈਗੀ ਪਈ ਹੈ ਹਾਂ ਨਹੀਂ ਤਾਂ ਮੈਗੀ ਬਣਾ ਲਾਂਗੇ ਮੈਗੀ ਪਈ ਆ ਸਾਡੇ ਕੋਲ ਸਿਲੰਡਰ ਵੀ ਹੈਗਾ ਸਾਰਾ ਸਮਾਨ ਰੱਖਿਆ ਵੈਸੇ ਤਾਂ ਆਹ ਲਿਖਿਆ ਦੋਸਤ ਆ ਖੜੀ ਜੀ ਆਪਣੀ ਗੱਡੀ ਅਤੇ ਆਪਾਂ ਚੱਲੇ ਹੁਣ ਚਾਹ ਪੀਣ ਆ ਸਾਹਮਣੇ ਹੋਟਲ ਆ ਪਾਰਕਿੰਗ ਘੱਟ ਹੈ ਬਹੁਤ ਪਰ ਅੰਦਰੋਂ ਗੱਡੀ ਔਖੀ ਜਿਹੀ ਆ ਘੁੰਮਣੀ ਤਾਂ ਹੀ ਬਾਹਰ ਲਾਤੀ ਪਾਰਕਿੰਗ ਤਾਂ ਵਾਧੂ ਆ ਨਾਲੇ ਚਾਹ ਪੀਣ ਨੂੰ ਕੀ 10 ਮਿੰਟ ਲੱਗਦੇ ਨੇ ਠੀਕ ਆ ਤੇਰੀ ਵੀ ਖਾਣਾ ਕੁਛ ਕੋਈ ਨਮਕੀਨ ਲੈਣਾ ਦਾਲ ਦਾ ਪੈਕਟ ਲੈ ਲਈਏ ਇੱਕ ਮੂੰਗ ਦਾਲ ਦਾ ਪੈਕਟ ਦੇ ਦੇ ਉਸਤਾਦ ਕੁਰਸੀ ਲੈ ਜਾਓ ਆਵੇ ਚਲ ਹਾਂ ਜੀ ਤੇਰੀ ਬਸ ਸਹੀ ਹੈ ਉਹ ਲੈ ਆਏਗਾ ਆਪਣੇ ਆਪ ਇੱਕ ਦਿਨੇ ਤਾਂ ਉੱਥੇ ਛੋਟੇ ਜਿਹੇ ਹੋਟਲ 'ਤੇ ਖੜ੍ਹੇ ਰਹੇ ਸਾਰਾ ਦਿਨ ਦਿਨੇ ਜਿਹੜੇ ਢਾਬੇ 'ਤੇ ਅਸੀਂ ਖੜ੍ਹੇ ਸੀ ਨਾ ਉੱਥੇ ਉਹਦਾ ਕਾਰੀਗਰ ਹੈ ਨਹੀਂ ਸੀਗਾ ਰੋਟੀ ਪਕਾਉਣ ਵਾਲਾ ਸਬਜ਼ੀ ਦਾ ਕਹਿੰਦਾ ਮੈਂ ਬਣਾ ਦੂੰਗਾ ਰੋਟੀ ਨਹੀਂ ਕਹਿੰਦਾ ਮੈਨੂੰ ਆਉਂਦੀ ਜਿਹੜਾ ਉੱਥੇ ਸੀਗਾ ਬੰਦਾ ਅਤੇ ਰੀਵੀ ਕਹਿੰਦਾ ਫਿਰ ਮੈਂ ਆਪੇ ਬਣਾ ਲੈਂਦਾ ਰੋਟੀਆਂ ਆਪ ਪਕਾਈਆਂ ਸਬਜ਼ੀ ਢਾਬੇ ਵਾਲੇ ਨੇ ਬਣਾਈ ਅਤੇ ਵਧੀਆ ਚੱਲ ਮਿੱਸੀਆਂ ਰੋਟੀਆਂ ਸੀਗੀਆਂ ਇਹਨੇ ਮਿੰਟੋ ਮਿੰਟ ਹੀ ਬਣਾਤੀਆਂ ਉਦੋਂ ਬਾਅਦ ਖਾ ਕੇ ਅਸੀਂ ਆਰਾਮ ਨਾਲ ਦਾ ਸੌਂ ਗਏ ਸਵੇ ਸ਼ਾਮ ਨੂੰ ਉੱਠੇ 6:30 ਵਜੇ 12:00 ਕੁ ਵਜੇ ਦੇ ਪਏ ਅਤੇ 6 ਵਜੇ ਲਿਆਉਂਦਾ ਆਪਦੀ ਕੁਰਸੀ ਚੱਕ ਕੇ ਇਹਨੂੰ ਠੰਡ ਬਹੁਤ ਲੱਗਦੀ ਆ ਇਹਨੇ ਸਾਰੀ ਰਾਤ ਸੀ ਸੀ ਕਰੀ ਜਾਣਾ ਠੰਡ ਬਹੁਤ ਹੈ ਬਹੁਤ ਜ਼ਿਆਦਾ ਕਮਾਨਦਾ ਹੀ ਜ਼ਿਆਦਾ ਤੂੰ ਹੈਗੀ ਆ ਯਾਰ ਦਾਦਾ ਬਰਫੇ ਪੈਂਦੇ ਤੇਰੇ ਤਾਂ ਹਿਸਾਬ ਨਾਲ ਆ ਗਈ ਇੱਕ ਗੱਡੀ ਹੋਰ ਟਰੈਕਟਰ ਪਰ ਵੀ ਫਿਰ ਗੁਜਰਾਤ 'ਚ ਕੀ ਦੇਖਿਆ ਗੁਜਰਾਤ 'ਚ ਜਿਵੇਂ ਵਾਟਰ ਕੀ ਕਹਿੰਦੇ ਆ ਉਹਨੂੰ ਰਿਵਰ ਫਰੰਟ ਨਦੀ ਕਹਿ ਲਾ ਨਹੀਂ ਨਹੀਂ ਰਿਵਰ ਫਰੰਟ ਉਹ ਕੀ ਆ ਉਹ ਮਾਛੜ ਜੀ ਮਤਲਬ ਕੋਈ ਘੁੰਮਣ ਫਿਰਨ ਦਾ ਉਹ ਆ ਜਿਵੇਂ ਪਾਰਕ ਕਹਿ ਲਓ ਸੁਖਨਾ ਲੇਕ ਸਾਫ ਕਿੰਨਾ ਰਿਹਾ ਯਾਰ ਲੱਗਾ ਪਈ ਹੈ ਨਾ ਬਾ ਵੀਰੇ ਸਬਸਕ੍ਰਾਈਬ ਕਰ ਦਿਆ ਕਰੋ ਚੈਨਲ ਨੂੰ ਲਾਈਕ ਕਰ ਦਿਆ ਕਰੋ ਹੱਥ ਜੋੜ ਕੇ ਬੇਨਤੀ ਆ ਹਿੱਟ ਕਰ ਦਿਓ ਸਾਨੂੰ ਐਂ ਲੱਗਦਾ ਜਿਵੇਂ ਤੂੜੀ ਆਪਣੀ ਗੱਡੀ 'ਚ ਭਰੀ ਹੁੰਦੀ ਆ ਹੈ ਨਾ ਇੱਥੋਂ ਦਿੰਦਾ ਨਹੀਂ ਕੈਮਰੇ 'ਚ ਨਹੀਂ ਦਿੰਦਾ ਗਾਜਰਾਂ ਦੇਖੀਆਂ ਜੀ ਆਹ ਦੇਖੋ ਪਿੱਤਰੀ ਵਾਲੀਆਂ ਗਾਜਰਾਂ ਨੇ
ਰਾਜਸਥਾਨ ਚ ਫੇਵਰੇਟ ਡਿਸ਼ ਹੈ ਇਹਨਾਂ ਦੀ ਤਰੀ ਵਾਲੀ ਗਾਜਰ। ਚਲੋ ਜੀ ਹੁਣ ਰੋਟੀ ਖਾ ਕੇ ਸੋਨੇ ਆ, ਅੱਜ ਕਰਦੇ ਬਲੌਗ ਦਾ ਇੱਥੇ ਹੀ ਐਂਡ, ਤੇ ਮਿਲਦੇ ਹੁਣ ਕੱਲ ਨੂੰ। ਦੇਖ ਲਓ ਇੱਕ ਵਾਰੀ ਹੋਰ ਸਵੇਰੇ ਦਿਖਾਵਾਂਗੇ ਜੀ ਗੱਡੀ, ਦੱਸਿਆ ਦੇਖੋ ਪਹਿਲਾਂ ਕਿੱਡਾ ਤੇ ਕਿੰਨੀ ਮੋਟੀ ਆ, ਗੱਡੀ ਖਾਲੀ ਹੁੰਦੀ ਦਿਖਾਵਾਂਗੇ ਤੇ ਤੁਹਾਨੂੰ ਅੱਗੇ ਦਾ ਦੱਸਾਂਗੇ। ਬਸੀ ਸ਼ਹਿਰ ਦੇ ਵਿੱਚ ਆਪਾਂ ਕਿਹੜੇ ਰੋਡ 'ਤੇ, ਉਹਦੀ ਦੁਕਾਨ ਆ ਪਾਲਟੀ ਵਾਲੇ ਦੀ ਜਿੱਥੇ ਖਾਲੀ ਕਰਨਾ। ਬੈਠੀ ਆਪਣੀ ਲੇਬਰ ਖਾਲੀ ਕਰਨਗੇ, ਕਿਆ ਹੋ ਰਹੀਆਂ ਆਪਣੇ ਤਰਪਾਲਾਂ ਇਕੱਠੀਆਂ, ਰੱਸਾ ਇਕੱਠਾ ਕਰਕੇ ਫਿਰ ਤਰਪਾਲਾਂ ਕਰਾਂਗੇ। ਬਾਹਰਲੇ ਕੈਨੇਡਾ ਵਾਲੇ ਗਈਆਂ ਟਾਰਪਾਲ, ਪਤਾ ਨਹੀਂ ਕੀ ਕਹਿੰਦੇ ਨੇ ਉਹ ਟਾਰਪਾਂ, ਉਵੇਂ ਸਾਡੀਆਂ ਤਾਂ ਤਰਪਾਲਾਂ ਹੀ ਨੇ ਭਾਈ। ਉਹ ਕੈਨੇਡਾ ਵਾਲੇ ਕੀ ਕਹਿੰਦੇ ਨੇ ਤਰਪਾਲਾਂ ਨੂੰ, ਟਾਰਪਾਂ, ਪਤਾ ਨਹੀਂ ਹੁਣ ਤਰਪਾਲਾਂ ਹੁੰਦੀਆਂ ਨੇ ਕਟਾਰਪਾਂ ਹੁੰਦੀਆਂ ਨੇ, ਆਪਣੇ ਤਾਂ ਤਰਪਾਲਾਂ ਹੀ ਕਹਿੰਦੇ ਨੇ। ਪਰ ਉਹਦੋਂ ਮਿੱਠੂ ਵੀ ਇਹੀ ਕਰਦਾ ਸੀ, ਕਹਿੰਦਾ ਬਹੁਤ ਔਖੀਆਂ ਨੇ ਪਾਉਣੀਆਂ, ਆਕੜ ਜਾਂਦੀਆਂ ਨੇ ਠੰਡ ਨਾਲ, ਉੱਧਰ ਬਰਫ਼ ਪੈਂਦੀ ਹੈ ਨਾ, ਮਗਰ ਆਪਣੇ ਠੰਡ ਨਹੀਂ ਇੰਨੀ ਪੈਂਦੀ, ਆਪਣੇ ਤਾਂ ਪਾਉਣੀਆਂ ਹੀ ਪੈਂਦੀਆਂ ਨੇ। ਹੈਂ, ਠੰਡ ਦਾ ਇੱਕ ਪਾਸੇ ਆ। ਹਾਂ ਇਹ ਕਾਹਨੂੰ ਯਾਰ, ਡੱਬਾ ਗੱਡੀ ਚਾਹੀਦੀ ਆ, ਉਹ ਠੀਕ ਰਹਿੰਦਾ। ਇੱਕ ਮਿੰਟ ਚੱਲ, ਥੋੜ੍ਹੀ ਟੇਢੀ ਹੁੰਦੀ ਆ ਉੱਧਰ ਨੂੰ ਜਾ ਰਹੀ ਆ ਜ਼ਿਆਦਾ, ਉਹਦੇ ਉਹ ਬਾਹਰ ਹੋ ਗਿਆ ਨਾ। ਹਾਂ ਚੱਲ ਚੱਲ ਚੱਲ, ਕੋਈ ਨਹੀਂ, ਹੁਣ ਅਗਲਾ ਗੇੜਾ ਚੱਕ ਕੇ ਕਰਦੀ। ਇੱਥੇ ਕੀ ਪਈ ਰਹਿਣ ਦੇ, ਸੈਟਿੰਗ ਕਰਦੇ ਆ ਬਾਅਦ ਚ। ਲਓ ਜੀ ਖੋਲਤੇ ਤਰਪਾਲਾਂ, ਫੱਟੇ ਕੱਢ ਦੇਵੇ, ਆਪਣਾ ਕੰਮ ਖਤਮ, ਮੁੜ ਕੇ ਲੇਬਰ ਖਾਲੀ ਕਰੇ ਨਾ ਕਰੇ ਸ਼ਾਮ ਤੱਕ, ਉੱਧਰੋਂ ਚੱਕ ਪਰਲੇ ਪਾਸਿਓਂ, ਅਤੇ ਆਰਾਮ ਨਾਲ ਫਿਰ ਪੈਂਦੇ ਆ। ਰੋਟੀ ਮਿਲ ਗਈ ਠੀਕ ਆ, ਨਹੀਂ ਫਿਰ ਇੱਥੇ ਮੈਗੀ ਜਾਂ ਸਮੋਸੇ ਕਚੌਰੀਆਂ ਵਾਧੂ ਮਿਲ ਜਾਂਦਾ। ਉਰੇ ਕੱਢ ਦੇ ਉੱਧਰੋਂ, ਚੱਕ ਲੈ ਬਾਹਰ ਨੂੰ ਕਰ ਲਾ, ਦੱਬ ਦੇ ਥੱਲੇ ਨੂੰ, ਆ ਬਣ ਗਈ ਜੀ ਆਪਣੀ ਚਾਹ ਤੇ North toward Rajasthan State Highway 24, then turn right onto Rajasthan State Highway 24.